जिंदगी च दोबारा नसीब होवे या ना हो मेहरबानी फरमाज के जिहड़े साहिबान इस इंतजार च बैठे हो जो अकबर दे बाबे ते गुरबत पढ़ी वे इमाम बरगाह विच आइयो मेहरबानी करो इमाम बरगाह दे विच तशरीफ ले आओ बर मुहम्मद वाले मुहम्मद सल्लल्लाहु अलैहि आले मोहम्मद की अजमत है सलावत हसबन अल्लाह व निमल वकील निमल मौला व निमल नसीर कुफर अमरी इल्लाह इन्नल्लाह بصيرًا بالعباد صلوات الحمد لله رب العالمين والعاقبة لأهل التقوى واليقين الصلاة والسلام على سيدة الجليلة المخدوم المظلومة المحرومة عن حق مراسي أبي الصديقة الكبرى عالمة غير معلمة مسلمانة زهرة مسلط بول نبی دی نعمت میں دربار چو خالی نہ ولیا کدام یلی دیاں دیاں شرابی دے دربار چ نہ ولیا اگر مدینہ زہرا نو تماچ نہ لگنا کدی وی کربلا دے وچ حسین دی دین تماچ نہ لگنا اگر نبی دی دید بوئے تے اگ نہ لگے آرائے دا محرم دی دیگر نو کدی بھی حسین دی بین دیکھے میں نو اگ نہ لگی وصلاة وسلام علی الحسن المعصوم المسموم والحسین الغریب المظلوم المقتول المظلوم من الكفار في الكربلاء يوم عاشور الذي غسله دمه وكفنه بماء الكربلاء جڑے چپ کر گئے مرنی ہو غریب تو غریب دنیا تو ڈر جائے حسن پاری نال مل دے ایک غریب جے کو حسن اپنے جسم غریب تو غریب ڈر جائے جڑے ماتمی جوان ماتم دی نیت آئے بیٹھے او کو کفن کپڑے دا مل دے لے قرآن رکھ میرے سر دے کربلا دے غریب نو کفن کیڑی شہر دا ملے غریب نو دفن کرے نہیں کوئی حالت کیڑی بن گئی شاید یہ ٹائم ہو گیا جب ماتمی جوان یمین نو شمال سجدے دائی کبھی نئی ڈر گیا لیکن ڈر گئے میں بھی جوان بجڑے میں بسم اللہ کرم آدمی ہوں حضرت اگر ورج پا کے قدمی با شرط رکھے سکینہ دکھ رہ دیا وقت سبا نانی دیا مطل پر سے ہوئے کے آلے آلے آدھے گھر نال بننا سرائی یا نسرنا غریب آلے کے جنہ میں غریب دی مدد کرے اگر آلے در بیگا کوئی ہے ਜਿਹੜਾ ਮੇਰੀਆਂ ਬਹਿਣਾਂ ਦੇ ਬੁਰਕੇ ਵਿਚਾਲੇ ਮੈਂ ਬਿਸਮਿਲ ਕਰਾਂ ਵੰਡੇ ਕਿਰਪਿਆ ਦਰਵਾਜ਼ੇ
ਜਿਨ੍ਹਾਂ ਕੋ ਵੀਰ ਨਜ਼ਰ ਨਹੀਂ ਆਉਂਦਾ, ਬੀਬੀਆਂ ਦੇ ਚੰਨ ਛੁਪ ਗਏ ਬਦਲਾਂ ਵਿੱਚ, ਦਿਲ ਇਤਨੀ ਦੇਰ ਨਹੀਂ ਤੇ ਆ ਗਿਆ ਫਿਜ਼ਾ, ਜੇ ਦੇਖ ਜਵੇਰ ਕੋ ਲਾਂਗਾ ਤੁਸੀਂ ਆਇਓ। ਮੈਂ ਬੜੇ ਕਰੀਬ ਤੋਂ ਗਰੀਬ ਦੀ ਗੁਰਬਤ ਦਾ ਇੱਕ ਜੁਮਲਾ ਪੜਨ ਲੱਗਾ, ਸ਼ੁਰੂ ਤੋਂ ਪੜਨ ਲੱਗਾ, ਜਿਹੜੀ ਆਪਣੀ ਗੁਰਬਤ ਦੀ ਪਹਿਲੀ ਮਜਲਿਸ ਅਕਬਰ ਦੇ ਬਾਬੇ ਆਪ ਪੜੀ। ਹਾਲਤ ਕਿਹੜੀ ਆਈ ਬਲਦੇਵ ਸ਼ਾਹ ਜੀ, ਤੁਹਾਡੀ ਜਾਨ ਦਾ ਪੁੱਤ ਨੇ, ਆਬਰੋ ਕੱਟੇ ਹੋਇਆ ਹਨ, ਹੋਠ ਜ਼ਖਮੀ ਆਏ, ਸਰ ਤੋਂ ਲੈ ਕੇ ਪੈਰਾਂ ਤਾਈਂ ਅਕਬਰ ਦਾ ਬਾਬਾ ਜ਼ਖਮੀ ਆਏ, ਨੇਜ਼ਿਆਂ ਵਿੱਚ ਨੇਜ਼ਿਆਂ ਦੇ ਜ਼ਖਮ, ਤਲਵਾਰਾਂ ਵਿੱਚ ਤਲਵਾਰਾਂ ਦੇ ਜ਼ਖਮ, ਤੀਰਾਂ ਵਿੱਚ ਤੀਰਾਂ ਦੇ ਜ਼ਖਮ, ਪੱਤਰਾਂ ਵਿੱਚ ਪੱਤਰਾਂ ਦੇ ਜ਼ਖਮ, ਜਿਹੜੇ ਅਜੇ ਤਾਈਂ ਹਾਇਲ ਨਹੀਂ ਕਰ ਸਕੇ ਕੋਈ ਉਹਦੇ ਜ਼ਖਮ, ਜਿਹੜੇ ਕਰਬਲਾ ਦੀ ਗਰਮ ਰੇਤ ਦੇ ਜ਼ਖਮ, ਜ਼ਖਮੀ ਹੁਸੈਨ ਨੇ, ਜ਼ਖਮੀ ਘੋੜੇ ਨੇ, ਘੋੜੇ ਦੀ ਬਾਗ ਵਿੱਚ ਹੱਥ ਪਾ ਕੇ ਅਕਬਰ ਦਾ ਬਾਬਾ ਰੋ ਰੋ ਗਿਆ ਤੇ ਹੁਸੈਨ ਕੌਣ ਰਹਿ ਗਈ ਜਿਹੜਾ ਮਦਦ ਨੂੰ ਆ ਗਈ। ਹੁਸੈਨ ਵਾਲੀ ਬਹਿਣਾ ਦਾ ਛੇਕੜੀ ਸਲਾਮ ਕਰ ਆਲੀ ਦੀ ਦੇਹ ਨੂੰ ਤਸੱਲੀ ਦੇ ਆ, ਉਹ ਆਗ ਵਿੱਚ ਹੱਥ ਪਾ ਕੇ ਅਕਬਰ ਦਾ ਬਾਬਾ ਬਾਣੀਆਂ ਤੁਰ ਪਏ ਨੇ। ਹਾਲਤ ਕਿਹੜੀ ਗਈ, ਇੱਕ ਵਾਰੀ ਹਰ ਬੰਦਾ ਮੇਰੇ ਲਈ ਪਾਸ ਹੋ ਗਈ, ਜਿੱਥੋਂ ਪੇੜ ਚੰਦੇ ਕਰਬਲਾ ਦੇ ਗਰੀਬ ਤੋਂ ਦੌੜੇ ਦਰਾਂ ਦੇ ਸਰ ਤੋਂ ਮੈਂ ਬਿਸਮੀ ਲੱਗਣਾ ਟੁਰਦਿਆਂ ਟੁਰਦਿਆਂ ਸ਼ਬੇ ਜਿਹੜੀ ਆਪਣੀ ਗੁਰਬਤ ਦੀ ਪਹਿਲੀ ਮਜਲਿਸ ਪਈ ਕਮਰ ਅਬਾਸ ਪੜੀਏ, ਕਿਹੜੀ ਜਗ੍ਹਾ ਆਈ ਸ਼ਬੀਰ ਦੀ ਨਿਗਾਹ ਪਈਏ ਮਕਤਲ, ਜਿੱਥੇ ਢੇਰ ਸਾਰੀਆਂ ਲਾਸ਼ਾਂ ਹਨ ਜਿਹਨਾਂ ਤੋਂ ਸਰ ਮਾਰ ਆਪਣੇ ਪੁੱਤਰਾਂ ਦੀ ਮਕਤਲ ਵਿੱਚ, ਵਿਆਹਾਂ ਦੀ ਮਕਤਲ ਵਿੱਚ, ਸਾਬੀਆਂ ਦੀ ਮਕਤਲ ਦੇ ਅੱਧ ਵਿੱਚ ਖੜ ਕੇ ਕਰਬਲਾ ਦੇ ਗਰੀਬ ਨੇ ਬਣ ਕੀਤੇ ਜਵਾਬ ਨਹੀਂ ਦੇਂਦੇ। ਬੋਲੋ ਮੈਂ ਗਰੀਬ ਹੋ ਗਿਆ, ਮੈਂ ਬਿਸਮੀ ਲੱਗਣਾ ਕਰਬਲਾ ਦੇ ਗਰੀਬ, ਇੱਕ ਹੋਰ ਜੁਮਲਾ ਮੈਂ ਅੱਜ ਸੁਬਹ ਜੁਮਲਾ ਗ੍ਰੰਥ ਕਿਤਾਬ ਵਿੱਚ ਮੈਂ ਕਈ ਵਾਰੀ ਪੜ੍ਹਿਆ, ਪ੍ਰੋਫੈਸਰ ਆਬਿਦ ਸਾਹਿਬ ਪੜ੍ਹਦੇ ਪਏ ਹਨ, ਮੈਂ ਆਪਣੇ ਘਰ ਵਿੱਚ ਬਹਿ ਕੇ ਆਪਣੇ ਬੱਚੇ ਨੂੰ ਜ਼ਮੀਨ ਤੇ ਬਾਗ ਰੱਜ ਕੇ ਕੁਰਸਾ ਦਿੱਤੇ, ਉਹਨਾਂ ਫਰਮਾਇਆ ਇਹ ਲਾਸ਼ਾਂ ਪਈਆਂ ਹਨ ਤੇ ਦਰਮਿਆਨ ਵਿੱਚ ਇਹ ਖਲੋਤੇ ਜਿਵੇਂ ਹਾਜੀ ਮਨਾਰ ਵਿੱਚ ਗੁਰਬਾਣੀਆਂ ਦੇ ਦਰਮਿਆਨ ਵਿੱਚ ਖਲੋਤੇ। ਜਵਾਨੋਂ ਮੈਂ ਦਮ ਤੁਰ ਵੰਜੋ ਤੂੰ ਸਮੇਂ ਦੇ ਨਾਲ ਮੈਨੂੰ ਜਵਾਬ ਨਹੀਂ ਵੱਡੇ ਦੇ ਉਹਨਾਂ ਸ਼ਾਹੀ ਨਾ ਨਾ ਲੈ ਲੈ ਕੇ ਇੱਕ ਇੱਕ ਦਾ ਨਾ ਲੈ ਉਹ ਮੇਰਾ ਬਰਾਇਰ ਉਹ ਮੇਰਾ ਸੁਹੇਰ ਉਹ ਮੇਰਾ ਹਬੀਬ ਕੋਈ ਤੂੰ ਮਤ ਮੁਲ ਗੁਰਕਣ ਨਾਲ ਬੈਠੇ ਨਾ ਅਚਾਨਕ ਇਹ ਜਨਾ ਜਨ ਮਨ ਕਸ ਨਗਰਾਂ ਦੇ ਬਗੈਰ ਸਰਾਂ ਦੇ ਲੈ ਸ਼ਤ ਲਿਖ ਗਈਆਂ ਅਕਬਰ ਦਾ ਬਾਬਾ ਰੋ ਰੋ ਗਿਆ ਤੇ ਕੋਈ ਜੋ ਨਹੀਂ ਪਿਆ ਬੋਲਿੰਦਾ ਅਲਮਾ ਲਾ ਤੋਂ ਤੁਹਾਨੂੰ ਜ਼ਖਮੀ ਹੋ ਤੁਸੀਂ ਤਰੇ ਦਿਨਾਂ ਦੇ ਭੁੱਖੇ ਹੋ ਤੁਸੀਂ ਤਰੇ ਦਿਨਾਂ ਦੇ ਪਿਆਸੇ ਹੋ ਮਨ ਹੈ ਕਿ ਤੁਹਾਨੂੰ ਛੱਡੇਂਦੇ ਹੋ ਤੱਸੀ ਹੋ ਤੇ ਪਾਣੀ ਮੰਗਦੇ ਹੋ ਮਨ ਭੁੱਖੇ ਹੋ ਤੇ ਖਾਣਾ ਮੰਗਦੇ ਹੋ
مولا زخمی ہو تو مرد ہو تو کوئی آ کے پٹی بنے آ میں قسم قرآن دی کربلا کے غریب دی مدنی ہی کوئی آواز آتی ہے سیدہ دے بھکا آپ کھانا نہ منگو سیدہ دے دسا آپ پانی نہ منگو اور میں تمہیں سید رو رو گے زخمی آت پٹیاں نہ منگتا زہرا تو چند مت بلیں گے کیوں ہو اچا رنگ کے رو رو کے جان آدھی پہ یہ یار آدھی رات میں بجد گھوڑ کے زین تو لے جانا ہے بلیں گے کھڑا ہو اٹھے میری بہنوں کے پردے بچھا میں بسم اللہ کرنا اوکا آئی اچھا ایک اور جملہ فطرت آ گئے بھائی تم میرے پاس یقین کر جو واللہ بو خدا ممبر دے تے میں آتے میں ایک ماتمی ہاں میں تواڈے جے قدر دار ہاں دیر سارے میری مجلس دے جملے ہی جے ہوندے نے جڑے میرے ذہن وچ نہیں ہوندے ایتھے ممبر دے تے ذہن وچ آوندے اور ہوندے گری ہے ان جملے میں میں اکھ لگا ہے فطرت دا ہر بندہ ایک وار سرچ ہوے بڑا جان شاہ جی اگر ایک بندہ ساڈا مر جائے تے تنو دفن کرنا تے قبرستان وچ لے جائیے جتنے تھی دفن نہ کر رہیے اس وقت واپس آ جاتے ہو میت قبر رکھ کے دفن کی تو بغیر بغیر دفن کی جھاڑوں چھڑ کے خیمے کے در سے آ گئے اندر بہن انتظار بھی کر دی تیر میں آپ چپ کر گیا میں کوشش کر رہا ہوں تو کروان جائے سمجھ آ گئے تو پھر دونوں نہ رو سکے نا تو تھی گھر گلیاں بازاروں میں رونا جتنے تمہیں یاد آیا اتنے رونا ہے شاہ جی میں کپڑے پاؤں تو سمجھ پائے نے اگر ان کو شہر ماری جائے نا تو جتوں تک وہ جیو میرے بدن میں جائے گی نا اٹھ تک لباس اندر بدن میں چلے گا کتاب پر لکھتا کلیم حسین کا زیادہ بدن کے اندر آئی بلند کرنا بابے علی دیدی چاہ کے بلند کی زخمی بابے گلی بابا او میرا غریب بابا او میرا پردیسی بابا او میرا مسافر بابا او میرا پتر نیا نیشن چاہ چاہ کے چھکا ہے بابا بابا اندر آتے نو کس مکان نے دیتی بابا تھی مکان دیں دیئے مطمئن میں نہیں بتا کر بلا دا غریب کی میں اندر آئے علی دیتی بابا جنگل گرمی گرمی پہ کرتے آئے موسم ٹھنڈا پہ بن رہا ہے نشا لکھا بازار ٹھنڈا ہو گیا بہنا کہ حسین میں مزارا پاس پٹیاں بدھی میں بابے علی کی پریشانی سے پٹیاں بدھی میں حسن برا نہ بول جا کسن کروایا میرا برا میں کو پہلی بار پٹیاں بن لیا نے
ಅಂದರೆ ಮಕ್ಕಳಿನ ಬಣ್ಣ ಕರ್ತನಾದ ಅರಿಬಂದೆ ಅಮ್ಮದ ಅರಾಮ ಪಟ್ಟಿನ ಬಣ್ಣ ಸೌಖಿನ ಬಾಬೆಯ ಲಿಂಗ ಶರ್ದ ಪಟ್ಟಿ ಬಣ್ಣ ಸೌಖಿ ಯಾರ್ಯಾ ಹೋ ಸಂದ ಅಂದರ ಅನಾದ ಪಟ್ಟಿನ ಬಂದ ಪಟ್ಟಿಯಾಂ ಗಲ್ ಬಹಿಣ ಬಾಯಿ ಪಾಕೆ ಸರ ಚುಮಕ ಜರೂರ ಕಿತ್ತ ಬಿಮಾರ ಬಚಾ ಅಲ್ಲಿ ದೀದಿ ಅಲ್ಲಿ ಮೈ ತನ್ನ ಬಿಮಾರ ಜಖ್ಮೀ ಕೀರ್ತನ ಸವಾಲ ಬಡೇ ಅಜೀಬ ಪಹಿಲಾ ಪಹಿಲಾ ಸವಾಲ ಕರ್ಕೊಂಡ ಅಕಬರ್ ನಾಮ ಸಜಾದ ਯਕੀਨ ਕਰ ਜੇ ਮੇਰੇ ਤੋਂ ਬੰਦੇ ਖੰਜਰ ਚੜਨਾ ਪਿਆ ਮਹਾਰਾਜ ਦਾ ਪੁੱਤਰ ਦਾ ਮਸਾਇਬ ਨਾ ਸਾਲ ਨਹੀਂ ਬਹਿਣ ਨੂੰ ਸਾਹਮਣੇ ਬਾ ਕੇ ਦੀਆਂ ਨੂੰ ਸਾਹਮਣੇ ਬਾ ਕੇ ਨਾ ਸ਼ਬੀਰ ਆਪਣੀਆਂ ਬਾਹ ਕੱਢ ਕੇ ਪੱਟੀਆਂ ਬਣਾਈਆਂ ਨੇ ਕੀ ਕਰਦੇ ਸਨ ಪಟ್ಟಿಯನ್ನ ಇಮಾಮ ಹುಸೈನ್ ಅಲೈಹಿಸ್ಸಲಾಮ್ ನೇ ಆಪಣಿ ಅਬਾ ਇਹ ਪਾੜ ਕੇ ਉਹਦੀਆਂ ਪੱਟੀਆਂ ਬਣਾਈਆਂ ਪੱਟੀਆਂ ਬਣਾ ਕੇ ਹਰ ਬੀਬੀ ਨੂੰ ਇੱਕ ਇੱਕ ਪੱਟੀ ਦਿੱਤੀ ਜਾ ਕੇ ਆਪਣੇ ਮੱਥਿਆਂ ਤੇ ਬੰਨ੍ਹ ਲਓ ਤੇ ਜਨਾਬ ਸਕੀਨਾ ਨੂੰ ਸਾਹਮਣੇ ਦੋ ਜ਼ਾਨ ਨੂੰ ਬਾਹ ਲਿਆ ਇਮਾਮ ਹੁਸੈਨ ਅਲੈਹਿਸਸਲਾਮ ਆਪਣੇ ਬੈਗ ਦੇ ਜਿਵੇਂ ਨਮਾਜ਼ ਦੇ ਤਰੀਕੇ ਸ਼ੌਕ ਤੇ ਧੀ ਦੀ ਚਾਦਰ ਜਿਹੜੀ ਇਹਨਾਂ ਦੀ ਇੱਕ ਵਾਰੀ ਸਰ ਜਾਵੇ ਮਾਤਮੀ ਜਨਾਬ ਸਕੀਨਾ ਦੀ ਚਾਦਰ ਇੰਜ ਪਾ ਕੇ ਤੇ ਮੱਥੇ ਉੱਤੇ ਲਿਆ ਕੇ ਨਾ ਉੱਤੋਂ ਗਰੀਬ ਨੇ ਇੰਜ ਕਰਕੇ ਛੇਕ ਕੇ ਪੱਟੀ ਬੰਦੀਏ ਤੇ ਉਸਨੇ ਪੁੱਛਿਆ ਜਨਾਬ ਸਕੀਨਾ ਬਾਬਾ ਪੱਟੀ ਕਿਉਂ ਬੰਦੀ ਨੇ ਰੋਕਿਆ ਤੇ ਮੇਰੀ ਧੀ ਅਗਰ ਮਰਦਾਂ ਨੂੰ ਦੌੜਨਾ ਪੈ ਜਾਵੇ ਉਹਨਾਂ ਦੀ ਪਾ ਵੀ ਬਣ ਜਾਂਦੀ ਹੈ
ਝੰਡੀ ਹੈ ਮਸਤੂਰ ਦੇਵੇ ਦੀ ਚਾਦਰ ਝੰਡੀ ਹੈ ਮੈਂ ਬਿਸਮਿਲਲਾ ਕਰਾਂ ਸੋਣਾ ਰੰਗੇ ਪੇ ਬਾਤ ਮੰਗਣੀ ਨਹੀਂ ਅੱਜ ਅੱਜ ਮੈਂ ਤੁਹਾਨੂੰ ਬਾਤ ਦੇ ਨਹੀਂ ਸਕਦਾ ਚਾਦਰ ਬਚ ਜਾਵੇ ਬਚ ਨੀ ਚਾਦਰ ਮੇਰੀ ਮਹਿਣ ਜੰਨਤ ਵਿੱਚੋਂ ਤੇ ਦੁਆ ਮੰਗ ਜਿਹੜੇ ਵੇਲੇ ਮੇਰੀ ਤੋਂ ਲਾਲ ਪਲਾਨੂੰਗਾ ਉਹ ਪਲਾਣੀ ਮੇਰੇ ਬਦਨ ਤੋਂ ਪੁਰਾਣੀ ਕਮੀ ਮੰਗੇ ਪੁਰਾਣੀ ਕਮੀਜ਼ ਯਕੀਨ ਕਰ ਜਾਵੇ ਬਿਰਾ ਦੀ ਆਖਰੀ ਮੁਲਾਕਾਤ ਉਹਦੇ ਬਾਅਦ ਹੁਸੈਨ ਮੁਲਾਕਾਤ ਹੋ ਰਹੀ ਸੀ ਨਾ ਮੈਂ ਕੋਈ ਮਰ ਜਾਣਾ ਨਾ ਤੁਸਾਂ ਕੋਈ ਮਰ ਜਾਣਾ ਮਰ ਵੀ ਮੇਰੇ ਨਾ ਕਿਸਮਤ ਰਾਂਦੀ ਤੇ ਮਦਨੀ ਉਸ ਤੋਂ ਬਿਹਤਰ ਹੋਰ ਮੌਤ ਹੈ ਕੋਈ ਨਹੀਂ ਬਹਿਣਾ ਪਈਆਂ ਵੇਲੀਆਂ ਇੰਜ ਸਾਹਮਣੇ ਜਿਵੇਂ ਤੁਸੀਂ ਬੈਠੇ ਹੋ ਇੰਜ ਹੁਸੈਨ ਦੀਆਂ ਬਹਿਣਾ ਇੰਜ ਹੁਸੈਨ ਦੇ ਹਰਮ ਹੁਸੈਨ ਦੀਆਂ ਦੀਆਂ ਇੰਜ ਸਾਹਮਣੇ ਕਰਬਲਾ ਦੇ ਗਰੀਬ ਇੰਜ ਜੋ ਪਾਟੀਆਂ ਕਮੀਜ਼ ਇਹ ਤੁਮਲਾ ਵਿੱਚ ਹੁਸੈਨ ਕੱਢੀ ਤਲਵਾਰ ਬਹਿਣਾ ਪਈਆਂ ਵੇਲੀਆਂ ਪਾਟੀਆਂ ਕਮੀਜ਼ ਹੁਸੈਨ ਲੀਲਾ ਲੀਲਾ ਕਰ ਛੋੜੇ ਹੁਣ ਕਮੀਨ ਪਾਣੀ ਆਈਆਂ ਹੁਸੈਨ ਹੁਸੈਨ ਕੋਸ਼ਿਸ਼ ਕੀਤੀ ਹੁਸੈਨ ਵਾਲੇ ਬਿਗੜ ਗਏ
اکبر دا بابا اینج نکلنے جیوے تواڈے میرے گھر چوں چار پائی تے نیت نکل گئے جملے میں پڑھ چھوڑے تھوڑا بنا سمجھ آئیے تواڈے میرے گھر چوں جیوے نیت نکل گئے میں آگے تواڈے میرے گھر چوں جیوے نیت نکل گئے اس سنگ خیمے میں چوں ہی نہیں نکل گئے جو اگر بس سفر کرنا ہو تو نال بہن ہو شریف بندے بڑی تکلیف ہوتی ہے بندہ پنچر موٹر سائیکل سے سفر کرتا ہوگا نہ تو سڑک پہ موٹر سائیکل پنچر ہو جائے تو نال کوئی بیوی ہوے تو اگر شریف بندہ دکاندار اندر کرسی بیٹھ کے دے تو آ کے جو مزدور نہیں تھے تو پھر بھی بندہ یہ کہتا ہے پنچر جلدی نہیں میرے نال بہن ہے میرے نال بھی ہے میری نال جا کر میں اپ نو اپ اے داری مو گئی یار بچا دی میری حسین میں تیرے قاتل نال سفر کرنا ہوں سوار ہوئے سید آدھے گھوڑا میرا ساتھ دے حیران ہے انہوں اپنی بولی بول گیا اگر تیری ماں دی چادر تے جو کھا دیا تیری ماں اج تے دنوں اور کوئی منے چاہے کھوایا مولا جی تو تائیں تو لڑ سے میں تیرے کلے سفر گئے سنگر بلا دے غریب تلوار نہیں آن چکی دی علی اکبر دے بابے پہلا جملہ آ گیا میرے ساتھ عمر صاحب فوجا سمال اکبر دی ماں دا مکہ حملہ کر گئی اے تو شبیر کی تے حملہ مدنی 12 مہینے دی ہائی منزل نو خیلا 12 مہینے تے جنا فوجی بھج دے دی ڈنگا اکبر دے بابے او چرن نو درو رو کے دے کھڑ کے لڑو تو سمرا گا زمین تو نہ ہو سیدا دے کھڑ کے لڑو تو سمرا اکبر نو بچی ماری ہو اے تے لیے میں مر چھڑیے اچانک کربلا تے غریب جنگ تے کر دے نا تو روایت ائی جدو ہے ایک روایت لالا نتر کٹ شبیر دے ہتھ تے رکا لکھیا کہ یا ایو نفس المطمئنہ قرآن دی ایت اے نفس المطمئنہ لوگ میں تیرے تیرے ہمیں یا حسین تو میرے تیرے ہمیں ہو جا دو جن رہے تھے تو کار کے تو کم دیرے ہاتھ آئے تو میں ہوں آیا کہ بات ہے کہ خون دے جو رکھائی نہیں ماں دے خیر دے نہ جنا دے او میرے سنہ بطلہ لے یا بجدے دی زین چھوڑی امتنیوں کر بلا دے غریب ستار میں قدم تو میرے لائے کے بڑا پڑھن پتہ لگ گئے زل جنان پتہ پھول قدم تو لگ گیا ہی رفتار اتنی آئی اپنے آپ میں رکھنے اور اپنے ستارہ قدمہ تو چلن گیا ہے وہ اللہ مار گیا ہے مہنوان میرا کتاب دیو تنی گیا ہے بھائی زید باس ویکھے مو زل جنان تیر لگے غریب کر بلا دے زخم چ اگلے دو جانو سٹ کے زمین تے گوڑے لا کے ایک بار زین کر بلا دے تے لے جاؤ کر بلا دی تتی رہے تے زینب دا ویر مٹی تے پوان زل جنا اگلے دو زمین تے لے جان تے جڑے تیر لگیا نا حسین دے گھوڑے نے اپنے منہ نال تیر کرنا شروع کی شبیر دے قتل وچ تیر کر دے نے زل جنا وقت رنگ کر گیا تے ہن پاسا لائی کھڑا تے آ چاڑا میری زین تے اکبر دا بابا وین کر گیا تے تکلیف نہ کر من اکبر دی موت مخا ہوں اور میں
ਤੇਰੀ ਜ਼ਿੰਦਗੀ ਨਾਲ ਚੜ ਸਕਤ ਨਾਲ ਕਿੱਥੇ ਲੈ ਜਾਂਦਾ ਹੈ ਆ ਮਦੀਨੇ ਨਾਮੇ ਤੋਂ ਲੈ ਜਾਵਾ ਮਜ਼ਾਰਾ ਤੋਂ ਲੈ ਜਾਵਾ ਤੇ ਬਲਾ ਦੇ ਗਰੀਬ ਦਾ ਉਹ ਵੇਖ ਮੇਰਾ ਨਾਂ ਨਾ ਹੋਵੇ ਉਹ ਵੇਖ ਮੇਰੀ ਮਜ਼ਾਰਾ ਵੀ ਆ ਗਈ ਹੈ ਨਬੀ ਕਰਬਲਾ ਆ ਗਏ ਨੇ ਇਹਨ ਕਰਕੇ ਸ਼ਬੀਰ ਆਪਣੇ ਸਿਰ ਤੋਂ ਮਾਮਾ ਆਪਣੇ ਸਿਰ ਤੋਂ ਪੱਗ ਲਾਹੀ ਇਸ ਨੂੰ ਜਨਾਜ ਵੇਲੇ ਆਉਂਦਾ ਤੁਸੀਂ ਪੱਗ ਵੇਖਦੇ ਹੋ ਉਸ ਪੱਗ ਦਾ ਰੰਗ ਕਿਹੜਾ ਆਉਂਦਾ ਕੋਈ ਤੇ ਮਾਤਮੀ ਆ ਕਰ ਦੱਸੋ ਪੱਗ ਦਾ ਰੰਗ ਕਿਹੜਾ ਆਉਂਦਾ ਗੁਲਾਬੀ ਮਨ ਕਸਮ ਕੁਰਾਨ ਦੀ ਗੁਲਾਬੀ ਬਣ ਕੇ ਲੈ ਦੁਨੀਆ ਦਾ ਆਇਆ ਬੱਚਾ ਉਮਤ ਗੁਲਾਬੀ ਕਰ ਜੋੜੀ ਹੈ ਇਹਨ ਕਰਕੇ ਪੱਗ ਚਾ ਕੇ ਨਾ ਤੇ ਗੌੜ ਦੀ ਕੋਚ ਜਰਾ ਕੇ ਤੇ ਸ਼ਬੀਰ ਪਹਿਲਾਂ ਪਹਿਲਾਂ ਰਹਿਣ ਗਈ ਤਾਂ ਚਾਹੇ ਗੌੜ ਜੁਮਲਾ ਭੁਲਿਆ ਜਾਂਦਾ ਮਨ ਜ਼ੇਨ ਚ ਆ ਗਿਆ ਆਪਣੀ ਪਰੇਸ਼ਾਨੀ ਤੋਂ ਖੂਨ ਲੈ ਕੇ ਜ਼ੋ ਜਨਾ ਦੀ ਪਰੇਸ਼ਾਨੀ ਤੋਂ ਖੂਨ ਲਾ ਕੇ ਤਾਂ ਵੇਲ ਕਰਨ ਲੱਗਾ ਅੱਜ ਤੂੰ ਸਮਾਂ ਤੂੰ ਕਰਨ ਜਰ ਕੇ ਵੇਲ ਕਰਕੇ ਤੇਰੇ ਬਲਾ ਦਾ ਗਰੀਬ ਆ ਗਿਆ ਮੈਂ ਵਾਅਦਾ ਕਰਦਾ ਪਿਆ ਅੱਜ ਤੂੰ ਲੈ ਕੇ ਕਿਆਮਤ ਦੀ ਸ਼ਾਮ ਤੱਕ ਜ਼ਰਬਾ ਮੈਂ ਹੁਸੈਨੀਆਂ ਪੜੀਆਂ ਰਾਸਨ ਸ਼ਬਰੀ ਤੇਰੀ ਬਣਦੀ ਵਾਸੀ ਸ਼ੁਭ ਤੋਂ ਲੈ ਕੇ ਡੀਗਰ ਤੱਕ ਕੋਈ ਉਮਤੀ ਤੇਰੀ ਵਾਗ ਲੱਭੀ ਵਟਾ ਉਸ ਜਗ੍ਹਾ ਡੀਗਰ ਗਈ ਸੀ ਕੋਈ ਬੁੜਾ ਸੈਯਦ ਤੇਰੀ ਵਾਗ ਲੱਭ ਲੈ ਸੀ ਸੈਯਦਾਦੀਆਂ ਦੇ ਪਾਸ ਲੈ ਆ ਸੀ ਉਹ ਮਰੀਆਂ ਦੀਆਂ ਜਿਨ੍ਹਾਂ ਦੇ ਸਾਰ ਸੂਰਜ ਨਾ ਬਿਠੇ ਸਨ ਉਹਨਾਂ ਨੂੰ ਨਾ ਲੈ ਲੈ ਲੱਗੀ ਉਹ ਜਨਵਾਲ ਖੁੱਲੇ ਸੋਨਾ ਤੇ ਦੇ ਗੱਲ ਚ ਮੇਰੀ ਪਾ ਗਿਆ ਤਾਂ ਤੂੰ ਜਮਾਉਂ ਕੇ ਤੇ ਦਵਾ ਦਸਾ ਕਿਸੇ ਪਾਣੀ ਪਿਵਾਇਆ ਆ ਨਕਸ਼ ਤੇ ਕੋਚ ਚ ਪੱਗ ਰੱਖ ਕੇ ਤੇ ਕਰਬਲਾ ਦਾ ਗਰੀਬ ਆ ਤੇ ਮੈਂ ਲੈ ਬੈਠਾ ਨਬੀ ਮੁੱਕ ਗਈ ਹੈ ਕਿਉਂ ਵੰਨ ਵੰਨ ਕਹਿਣਾ ਤੇ ਖੂ ਸ਼ੀਆ ਦਾ ਦੇ ਪੱਗ ਤਲਵਾਰ ਅਮਾਨਤ ਹੀ ਵੰਨ ਦੇ ਮੇ ਆਉਂ ਦੀ ਮਾਰ ਖੂ ਜਿਹੜੇ ਦੀਆਂ ਲੈ ਬੈਠੇ ਹੋ ਨਾ ਸ਼ੀਆ ਦੇ ਰੋ ਗਿਆ ਤੇ ਇਹ ਨਵੀਂ ਦਸਣਾ ਜਿਵੇਂ ਮੈਂ ਲੱਖਾਂ ਓ ਨਬੀ ਬੇਵਾ ਦੀ ਕੁਦਰਤ ਨੂੰ ਸਿਆ ਦਾ ਦਇਆ ਕੇ ਨਾਲ ਆਰਾਮ ਦਿਲਾਇਆ ਵਿੱਚ ਬਨ ਦੇ ਪਿਓ ਸੁਰਾ ਕੋ ਇੱਥੇ ਹਾਲਤ ਹੈ ਉਦੋਂ ਠੀਕ ਤੁਰ ਪਈ ਹੈ ਨਾ ਪੜਦਾ ਫੁੱਫੇ ਕੋਲ ਇਜਾਜ਼ਤ ਨਹੀਂ ਕਿਵੇਂ ਸਨ ਬਸ ਇਹ ਆਦਾ ਠੀਕ ਤੁਰ ਪਈ ਹੈ ਸ਼ਾਲਾ ਦੀ ਪਿਓ ਨੂੰ ਇੰਜ ਨਾ ਵੇਖੇ ਜਿਵੇਂ ਜਵਾਬ ਸੁਖੀ ਨਾ ਵੇਖੇ ਇਨਸ਼ਾਅੱਲਾ ਦੂਜਾ ਜੁਮਲਾ ਪਿਆ ਤਾਂ ਦੁਆ ਮੰਗਣ ਦਾ ਦਿਨ ਵੀ ਨਹੀਂ ਤੇ ਦੁਆ ਮੰਗਦਾ ਵੀ ਨਹੀਂ ਤੁਹਾਨੂੰ ਸਮਝਾਉਣ ਵਾਸਤੇ ਆਦਾ ਪਿਆ ਇਨਸ਼ਾਅੱਲਾ ਕੋਈ ਧੀ ਪਿਓ ਨੂੰ ਮਰਦਾ ਵੇਖੇ ਮਰੀਂਦਾ ਨਾ ਵੇਖੇ ਤੈਨੂੰ ਪਤਾ ਲੱਗਿਆ ਦਵਾਈਆਂ ਨਹੀਂ ਆਉਣੀਆਂ ਜਿਵੇਂ ਕਸਾਈ ਕੋਈ ਹੱਡੀ ਤੋੜਨੀ ਹੋਵੇ ਇੰਜ ਕਰਕੇ ਮਿਹਰਬਾਨੀ
Ya Hussein, 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 Ya Hussein,